ਇਹ ਪ੍ਰਯੋਗ ਸੈਂਟਰੀਫਿਊਗਲ ਫੋਰਸ ਨੂੰ ਦਰਸਾਉਂਦਾ ਹੈ। ਤੁਹਾਨੂੰ ਝਾੜੂ ਦੇ ਤਿੱਲੇ, ਧਾਗਾ ਅਤੇ ਕੁਝ ਰਬੜ ਚਾਹੀਦੇ ਹਨ। ਛੋਟੇ ਅਤੇ ਵੱਡੇ ਤਿੱਲੇ ਐਕਿਊਟ ਐਂਗਲ ਤੇ ਧਾਗੇ ਨਾਲ ਬੰਨੋ। ਫਾਲਤੂ ਧਾਗਾ ਕੱਟ ਦਿਓ। ਕੈਂਚੀ ਦੀ ਮਦਦ ਨਾਲ ਰਬੜ ਵਿੱਚ ਇੱਕ ਮੋਰੀ ਕਰੋ। ਲੰਬਾ ਤਿੱਲਾ ਰਬੜ ਵਿੱਚ ਧੱਕੋ। ਖਿਡੌਣਾ ਘੁੰਮਣ ਲਈ ਤਿਆਰ ਹੈ। ਆਪਣੀ ਇੰਡੈਕਸ ਉਂਗਲੀ ਨਾਲ ਇਸ ਨੂੰ ਟਿਕਾਓ ਅਤੇ ਉਸਨੂੰ ਆਨੰਦਮਈ ਢੰਗ ਨਾਲ ਘੁਮਾਓ।